ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਚੰਦ ਸਿਆਨ ਦੇਖ, ਇੱਥੇ ਨਾ ਲੜੋ, ਜਿਹੜਾ ਰਿਕਾਰਡ ਆ ਉਹ ਕੱਢ ਕੇ ਦੇਣਾ, ਬਾਹਰ ਕੱਢ ਕੇ। ਮੈਂ ਕਹਿਣਾ ਬਾਹਰ ਕੱਢ ਕੇ, ਖੜਾ ਖੜਾ ਬਾਹਰ ਕੱਢ ਕੇ, ਸਰਕਾਰੀ ਜਗ੍ਹਾ ਨਾ ਫਿਰ ਲੜਨਾ ਥੋੜੀ, ਇੱਥੇ ਜਪੋ ਜਪੀ ਹੋਈ ਆ, ਮੈਂ ਕਮਾਲ ਦੀ ਗੱਲ। ਚਲੋ ਚਲੋ ਬਾਹਰ, ਚਲੋ ਬਾਹਰ ਕੱਢ ਕੇ, ਬਾਹਰ ਕੱਢ ਕੇ। ਬਾਪੂ ਨੇ ਕਰਾਇਆ ਮੇਰਾ, ਤੂੰ ਕੀ ਮਾੜਾ ਦੇਖ ਲਿਆ, ਸਾਲਾ ਬਣਿਆ ਮਾੜਾ ਦੇਖ ਲਿਆ, ਨਾਲ ਬਾਈ ਬੈਠਾ ਪ੍ਰੀਤੋ ਦੇ। ਮੈਂ ਭੈਣ ਜਾਈ ਜਾਂਦਾ ਖੜਾ ਲਵਾਸ ਆਈ ਯਾਰ, ਲਵਾਸ ਆ ਨਵੇਂ ਨੂੰ ਨਵੀਂ ਪਤਾ ਲੱਗ ਗਿਆ। ਰੀਠਾ ਦਾਸ, ਬਾਬਾ ਜੀ ਉਹ ਕਿੱਧਰ ਰਹਿ ਗਿਆ? ਮੈਂ ਇੱਥੇ ਹੀ ਸੀਗਾ, ਆਉਣਾ ਚਾਹ ਪਾ ਲੈ ਕੇ। ਹਾਂ ਚਾਹ ਪਾ, ਚਾਹ ਪਾ, ਅੱਜ ਤਾਂ ਧੁੱਪ ਲੱਗ ਗਈ। ਹਾਂ ਬਾਬਾ, ਕੋਈ ਅੱਜ ਸੰਗਤ ਆਈ ਨੀ ਬਾਬਾ। ਉਹ ਸੰਗਤ ਆਊਗੀ, ਲੇਟ ਹੀ ਆਉਂਦੀ ਆ ਸੰਗਤ, ਤੈਨੂੰ ਪਤਾ ਫਿਰ ਧੁੱਪ ਲੱਗੀ ਆ। ਅੱਛਾ, ਐ ਕਰ ਮਾੜਾ ਝਾੜੂ ਕੱਢ ਦੇ। ਕੱਢ ਦੇਣਾ ਬਾਬਾ ਜੀ। ਹਾਂ ਕੱਢ ਦੇ ਹਿੰਮਤ ਨਾਲ, ਸੰਗਤ ਵਾਧੂ, ਕੱਢ ਦੇ ਕੱਢ ਦੇ। ਧੂਣਾ ਚੱਲੀ ਜਾਂਦਾ? ਹਾਂ ਚੱਲੀ ਜਾਂਦਾ ਬਾਬਾ। ਬਸ ਠੀਕ ਆ, ਇਹੀ ਲਾਊ ਆਪਾਂ ਨੂੰ ਪਾਰ, ਇਹੀ ਲਾਊਗਾ ਪਾਰ। ਹਾਂ ਬਸ ਪਾਥੀ ਲਾਈ ਰੱਖਿਆ ਕਰ, ਪਾਥੀ ਲਾ ਦਾਂਗੇ ਜੀ ਹੋਰ। ਹਾਂ ਚਾਹ ਬੜੀ ਬਣਾਈ ਆ। ਹਾਂ ਬਾਬਾ, ਮੈਂ ਕਿਹਾ ਹੋਰ ਵੀ ਸੰਗਤ ਆ ਜਾਂਦੀ ਹੈ ਕਈ ਵਾਰੀ, ਊਂ ਆਈ ਨੀ ਬਾਬਾ ਸੰਗਤ ਅਜੇ। ਉਹ ਸੰਗਤ ਵਾਧੂ, ਸੰਗਤ ਆ ਤੇ ਇੱਥੋਂ ਸਾਹਮਣੀ ਨੀ, ਸੰਭਾਲ ਲਾਂਗੇ, ਸੰਭਾਲ ਦੀ ਗੱਲ ਨੀ ਬਾਬਾ। ਬਸ ਫਿਰ ਸੰਗਤ ਦੀ ਨਾ ਪਰਵਾਹ ਮੰਨ। ਬਾਬਾ ਕੋਈ ਬਾਬਾ ਹਾਂ ਸੱਠਾ ਹੀ ਦੇ, ਕੋਈ ਘਰ ਘੁਰ ਪਾ ਲਾਂਗੇ। ਅੱਛਾ, ਕੰਜੇ ਦਾ ਰਾਤ ਤਾਂ ਰੀਟਾ ਦਾਸ ਖੁੰਡਾ ਦਾਸ ਸਾਹਮਣੇ ਖੜ ਗਿਆ, ਐਡਾ ਕੱਦ ਇਹਦੇ ਨਾਲ ਸਿਰ ਲੱਗਦਾ ਸੀ। ਅੱਛਾ, ਕੰਜੇ ਦਾ ਰਾਤ ਕਦੇ ਤੂੰ ਮੈਨੂੰ ਠਾ ਲੈਂਦਾ, ਮੈਂ ਮਾੜਾ ਨਸ਼ੇ 'ਚ ਸੀ। ਅੱਛਾ, ਕਰ ਦਿੰਦਾ ਬੇੜੇ ਪਾਰ, ਤੇ ਘੱਟ ਕਰ ਲਿਆ ਕਰ ਨਸ਼ਾ ਨੁਸ਼ਾ ਮਾੜਾ ਮੋਟਾ। ਅੱਛਾ, ਤੈਨੂੰ ਪਤਾ ਫਿਰ ਦੋ ਪੰਤਾ ਨਸ਼ਾ ਹੋ ਜਾਂਦਾ। ਅੱਛਾ ਹੋਰ ਲੈ ਕੋਈ ਬੀੜੀ ਬੂੜੀ ਭਰ ਕੇ ਦੇਵਾਂ। ਹਾਂ ਕਰੀਏ ਗੱਲ ਕੰਜਰ ਦਿਆ। ਅੱਛਾ ਭਰ ਲਾ ਸ਼ੌਂਕ ਨਾ, ਬਹਿ ਕੇ ਭਰ ਲਾ ਸ਼ੌਂਕ ਨਾ, ਭਰ ਲੈ ਨਾ ਫਿਰ ਚੱਟਾ ਦੇ ਦੇਗਾ ਮੈਨੂੰ, ਸੱਟਾ ਤੇ ਪ੍ਰਵਾਹ ਨਾ ਮੰਨ। ਅੱਛਾ ਕੋਈ ਨੀ ਭਰ ਲੈਣਾ ਬਾਬਾ। ਹੋਰ ਆਪਣਾ ਕੰਮ ਕੀ ਹੈ? ਕੰਮ ਤਾਂ ਇਹੀ ਆ ਘਰ ਗੱਲ।
ਕੋਈ ਘਰ ਘੁਰ ਪਾ ਲਾਂਗੇ ਬਹੁਤ ਤੰਗ ਆ। ਦੋ ਮੰਜ਼ਲੀ ਪਵਾ ਦੇਂਗੇ ਕਿਉਂ ਪ੍ਰਭਾਵ ਮੰਦਾ ਹੈ ਸੱਟੇ ਦੀ ਕੀ ਗੱਲ ਹੈ ਉਹੀ ਰੁਪਈਏ ਵਾਧੂ ਕਰ ਦੇਵੇ ਤੈਨੂੰ ਰੁਪਈਏ ਵਾਧੂ ਕਰ ਦੇ ਬਾਬਾ ਮੈਂ ਤੇਰੇ ਗੁਣ ਹੀ ਨਹੀਂ ਭੁੱਲਦਾ ਸਾਰੀ ਉਮਰ ਪ੍ਰਭਾਵ ਨਾ ਮੰਨ ਅੱਧੇ ਪਿੰਡ ਨੂੰ ਝੋਰਾ ਲੱਗ ਰਿਹਾ ਰੁਪਈਆਂ ਦਾ ਤੈਨੂੰ ਸੁਣਿਆ ਨੀ ਸੁਣਿਆ ਮੈਨੂੰ ਤਾਂ ਕਦੇ ਬਾਬੇ ਕੋਲੇ ਰੁਪਈਏ ਹੀ ਵਾਲੇ ਆ ਰੁਪਈਏ ਵਾਲੇ ਨੇ ਹੋਰ ਰੁਪਈਏ ਮੈਨੂੰ ਤਾਂ ਕਦੇ ਦਿੱਤੇ ਨੀ ਗੇ ਉਹ ਫਿਰ ਗੱਲ ਤਾਂ ਉਹੀ ਹੈ ਲੋਕ ਤਾਂ ਕਹਿੰਦੇ ਆ ਵਾਲੇ ਆ ਤੈਨੂੰ ਪਤਾ ਹੁਣ ਆਪਾਂ ਕਿੱਥੇ ਆ ਰੁਪਈਏ ਟਾਈਮ ਪਾਸ ਕਰਦੇ ਆ ਉਹ ਤਾਂ ਗੱਲ ਠੀਕ ਆ ਪਰ ਭਰ ਲਾ ਮਾਲ ਕੰਜਰ ਦਾ ਕਿਹੜਾ ਲਿਆ ਮਾਰ ਉਧਰੋਂ ਲਿਆਂਦਾ ਉੱਲੂ ਮਰਾਜੀ ਤੋਂ ਅੱਛਾ ਹਾਂਜੀ ਕੰਜਰ ਦਾ ਤੇਜ਼ ਹੀ ਵਾਲਾ ਹੁੰਦਾ ਹੈ ਤੁਹਾਡੇ ਵਾਸਤੇ ਲੈ ਮੈਂ ਕਿਹਾ ਚਲੋ ਜੇ ਕੋਈ ਨੰਬਰ ਸ਼ੰਬਰ ਦੇ ਦੇਣਗੇ ਨੰਬਰ ਦੀ ਪਰਵਾਹ ਨਾ ਮੈਂ ਤੈਨੂੰ ਐ ਦੇਉਂ ਜਵਾਂ ਪੱਕਾ ਅੱਛਾ ਹਾਂ ਬੇੜੇ ਪਾਰ ਆ ਸਮਝ ਲਾ ਤੇਰੇ ਲਓ ਮਹਾਰਾਜ ਵਾਲਾ ਤਾਂ ਨੀ ਪਾਤਾ ਥੋੜੇ ਪਾਇਆ ਤੇਜ਼ ਹੁੰਦਾ ਮਾਲ ਉੱਥੇ ਦਾ ਤਾਂ ਉੱਲੂ ਮਰਾਜ ਦਾ ਬਹੁਤ ਹੁੰਦਾ ਜੀ ਹਾਂ ਕਿੰਨਾ ਕੁ ਲਿਆ ਹੈ ਬਹੁਤ ਲਿਆਂਦਾ ਅੱਛਾ ਨਹੀਂ ਨਾ ਕਿਸੇ ਨੂੰ ਨਾ ਦੋ ਕੁ ਤੋਲੇ ਲਿਆਂਦਾ ਬਾਬਾ ਬਸ ਫੇਰ ਦੇਉ ਤੈਨੂੰ ਸੱਟਾ ਠੀਕ ਹੈ ਹਾਂ ਜੋ ਲੱਗ ਗਈ ਨਾ ਬਿਰਤੀ ਅੱਛਾ ਬਾਬਾ ਬਸ ਫਿਰ ਤਾਂ ਪੱਕਾ ਆਊ ਸਮਝ ਲਾ ਅੱਛਾ ਹਾਂ ਚਲੋ ਪੱਕਾ ਦੇ ਦੋ ਮਹਾਰਾਜ ਸਾਡਾ ਕੋਈ ਮਾੜਾ ਮੋਟਾ ਹੋ ਜੇ ਕੋਈ ਨਾ ਨਾ ਯਾਰ ਤੂੰ ਨੀ ਮੈਥੋਂ ਭਾਜਦਾ ਆਪਣੀ ਸੇਵਾਦਾਰ ਨੀ ਇੱਥੇ ਸੇਵਾ ਕਰਨ ਆਉਂਦੀ ਹੈ ਡੇਰੇ ਚ ਅੱਛਾ ਝਾੜੂ ਪੋਚਾ ਲਾਉਂਦੀ ਹੈ ਝਾੜੂ ਝੂੜੂ ਕੱਢ ਜਾਂਦੀ ਹੈ ਵਿਚਾਰੀ ਅੱਛਾ ਉਹਨੂੰ ਵੀ ਨੰਬਰ ਦਿੱਤਾ ਸੀ ਇੱਕ ਅੱਛਾ ਹਾਂ ਉਹਨੂੰ ਐ ਦੁਬਾਰੇ ਦੇਊ ਬਾਬਾ ਅੱਛਾ ਉਹਨੂੰ ਵੀ ਦੇਵਾਂਗੇ ਕਿਸੇ ਦਿਨ ਪੱਕਾ ਲੋਕਾਂ ਦੀ ਪ੍ਰਵਾਹ ਨਾ ਮੰਨੇ ਲੋਕਾਂ ਦੀ ਤਾਂ ਕੋਈ ਪ੍ਰਵਾਹ ਨੀ ਬਸ ਫਿਰ ਜੇ ਲੋਕਾਂ ਦੀ ਪ੍ਰਵਾਹ ਮੰਨ ਕੇ ਫੇਰ ਨੀ ਕੁਛ ਬਣਦਾ ਠੀਕ ਆ ਬਾਬਾ ਹਾਂ ਲੋਕ ਕਹਿੰਦੇ ਨੇ ਮੈਂ ਸੁਣਿਆ ਲੋਕ ਤਾਂ ਕਹਿੰਦੇ ਫਿਰ ਜੋ ਜਨਾਨੀ ਡੇਰੇ ਚ ਆਉਂਦੀ ਆ ਸ਼ੱਕ ਤਾਂ ਕਰਨ ਹੀ ਲੱਗ ਜਾਂਦਾ ਹੈ ਅੱਛਾ ਵੀ ਇਹ ਕਿਵੇਂ ਜਾਂਦੀ ਆ ਠੀਕ ਆ ਬਾਬਾ ਉਹਦਾ ਵਿਚਾਰੀ ਦਾ ਕੋਈ ਭਲਾ ਕਰਨਾ ਉਹਦਾ ਕੰਮ ਮੜਿਆ ਪਿਆ ਅੱਛਾ ਮਾਂ ਭਾਈ ਕੋਈ ਰਾਤ ਨੂੰ ਸਿਲਾ ਕੱਢਣਾ ਪਊ ਉਹਦਾ ਕੰਮ ਵੱਡਾ ਹੈ ਅੱਛਾ ਰਾਤ ਨੂੰ ਕਿਤੇ ਉਹ ਨਾ ਭਲਾ ਕਰਦੀ ਕਿਤੇ ਓਏ ਨਹੀਂ 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 ਕੰਜਰ ਜਿਹਾ ਇਹ ਆਪਣੀ ਦੇਖੋ ਬਣੀ ਬਣਾਈ ਆਪਣੀ ਐਵੇਂ ਜਾਊਗੀ ਤੂੰ ਕੋਲੇ ਹੋਵੇਂਗਾ ਮੈਂ ਕੀ ਕੱਲਾ ਹੂੰ ਕੋਲੇ ਤਾਂ ਹੋਊਂਗਾ ਬਾਬਾ ਬਸ ਫਿਰ ਸਿਲਾ ਕੱਢਾਂਗਾ ਉਹਦਾ ਰਾਤ ਨੂੰ ਹਾਂ ਕੋਲੇ ਵੀ ਕੋਈ ਪਤਾ ਨਹੀਂ ਲੱਗਦਾ ਬਾਬਾ ਉਹ ਨਹੀਂ 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 ਹੈ ਫਿਰ ਉਹੀ ਗੱਲ ਤੂੰ ਹੀ ਕਹੀ ਇਹਨਾਂ ਲੋਕਾਂ ਦਾ ਕਹਿਣਾ ਹੀ ਹੈ ਮੈਂ ਤਾਂ ਬਾਬਾ ਤੈਨੂੰ ਚੰਗੀ ਗੱਲ ਕਹਿਣਾ ਸਮਝਾਉਣਾ ਤੈਨੂੰ ਵੀ ਕਿਤੇ ਉਹ ਤਾਂ ਗੱਲ ਤੇਰੀ ਸਿਆਣੀ ਹੈ ਹਾਂ ਬਣੀ ਵਾਲੀ ਆਪਣੀ ਤੇਰੇ ਪੈਰਾਂ 'ਚ ਹੀ ਡਿੱਗਦਾ ਰਹਿਣਾ ਹਰ ਟਾਈਮ ਤੇ ਮੈਂ ਹੈ ਹਾਂ ਇਹ ਤਾਂ ਗੱਲ ਸਿਆਣੀ ਹੈ ਤੇਰੀ ਠੀਕ ਆ ਹਾਂ ਨਾ ਇਹੋ ਜੀ ਗੱਲ ਨਹੀਂ ਹੁੰਦੀ ਅੱਛਾ ਬਾਬਾ ਹਾਂ ਸੰਗਤ ਆਊਗੀ ਰੀਠਾ ਦਾ ਸਾ ਹੁਣ ਆਊਗੀ ਸੰਗਤ ਅੱਛਾ ਹਾਂ ਚਲੋ ਬਾਬਾ ਆ ਜੇ ਚੰਗਾ ਹੀ ਆ ਮੈਂ ਤਾਂ ਐਂ ਕਹਿਣਾ ਵੀ ਚਲੋ ਨਹੀਂ ਆਊਗੀ ਜੀ ਲੱਗ ਜਾਂਦਾ ਆਊਗੀ ਸੰਗਤ ਹੈ ਆਊਗੀ ਮਹਾਰਾਜ ਜੀ ਰਾਮ ਭਾਈ ਰਾਮ ਰਾਮ ਮੱਥਾ ਟੇਕ ਲੈ ਕੁੱਤਵਾ ਫੈਨੂ ਰਾਮ ਆ ਮਾਈ ਇੱਧਰ ਬੈਠੋ ਹਾਂ ਬਹਿ ਜਾਓ ਭਾਈ ਬਹਿ ਜਾਓ ਬਹਿ ਜਾਓ ਭਾਈ ਜੋੜੇ ਇੱਧਰ ਲਾ ਦੇ ਪੁੱਤਾਂ ਹਾਂ ਜੋੜੇ ਲਾ ਦਿਓ ਇੱਥੇ ਬਹਿ ਜਾ ਬਾਬੇ ਕੋਲੇ ਹਾਂ ਵਧੀਆ ਭਾਈ ਤੁਸੀਂ ਦੱਸੋ ਕਿਵੇਂ ਆਉਣੇ ਹੋਏ ਕਾਹਦੇ ਵਾਸਤੇ ਅੱਛਾ ਪਸ਼ੂਆਂ ਵਾਸਤੇ ਕੋਈ ਪਿਆ ਨੀ ਫਰਕ ਪਹਿਲਾਂ ਦਿੱਤਾ ਸੀ ਧਾਗਾ ਨਾ ਠੀਕ ਆ ਹੁਣ ਤਾਂ ਖਰਾ
ਅੱਛਾ ਹੁਣ ਦੂਜੀ ਮੈਂ ਸੂਫੀਓ ਦੇ ਵਾਸਤੇ ਲੈਣਾ ਹੀ ਆ। ਠੀਕ ਹੈ, ਨਜ਼ਰ ਤੋਂ ਨਜ਼ਰ ਤੋਂ ਕਰ ਦਿਆਂਗੇ ਭਾਈ, ਕਰ ਦਿਆਂਗੇ ਧਾਗਾ। ਭਲੇ ਕਰਨ ਵਾਸਤੇ ਬੈਠੇ ਅਸੀਂ, ਇੱਕ ਘਰ ਵਾਲੇ ਵਾਸਤੇ। ਘਰ ਵਾਲੇ ਵਾਸਤੇ ਕਿਵੇਂ? ਉਹ ਬਾਬਾ ਜੀ ਦਾਰੂ ਵਾਲੀ ਪੀਂਦਾ। ਅੱਛਾ, ਦਾਰੂ ਵਾਲੀ ਪੀਂਦਾ ਹੈ। ਦਾਰੂ ਤਾਂ ਕੋਈ ਨੀ, ਹਟ ਜੂ, ਧਾਗਾ ਦੇ ਦਿਆਂ ਕਰਕੇ। ਪਬੂਤੀ ਲੈ ਜਾਓ ਇੱਥੇ ਧੂਣੇ ਤੋਂ। ਹੈ ਮਾਈ, ਜੇ ਮੈਂ ਮੂੰਹ ਵੀ ਲਾਉਂਦਾ ਦਾਰੂ ਤੋਂ, ਮੇਰੇ ਨਾਲ ਬਗ ਚੱਲ। ਓਏ ਕੰਜਾ ਤੇ ਇਹੋ ਜੀ ਸਮਝੋ ਹੀ ਬਹੁਤ ਆ, ਇਹੋ ਜੀ ਗੱਲ ਨਹੀਂ ਕਰਦਾ ਹੁੰਦਾ। ਮੂੰਹ ਵੀ ਨਹੀਂ ਲਾਉਂਦਾ ਓ ਰੀਠਾ ਦਾਸ, ਸਮਝੋ ਹੀ ਬਹੁਤ ਆ। ਮੇਰਾ ਤਾਂ ਉਸੇ ਨਹੀਂ ਹਜੀ ਲਾ ਲੈ ਰੱਖਿਆ ਕੰਜਾ ਦਾ। ਮੈਂ ਕੁਝ ਵੀ ਨਹੀਂ ਤੈਨੂੰ ਕਰਾਉਂਦਾ, ਸਾਰਾ ਕੰਮ ਮੈਂ ਤੇਰਾ ਆਪ ਹੀ ਕਰਦਿਆ ਕਰੂੰਗਾ। ਮੈਂ ਕਹੋ ਕਿ ਮੈਂ ਸਮਝੂਗੀ। ਮੈਂ ਸੰਭਾਲੇ ਜਾਂਦੇ ਉਹਨੂੰ ਛੱਡ ਦੇ ਤੂੰ। ਕਿਉਂ? ਉਹਨੂੰ ਛੱਡ ਦੇ ਤੂੰ, ਜਦੋਂ ਉਹਦੇ ਨਾਲ ਮੈਂ ਵਿਆਹੀ ਆ। ਲਾਵਾਂ ਲੈਤੀਆਂ ਨੇ, ਲਾਵਾਂ ਤਾਂ ਲੈਤੀਆਂ, ਉਹ ਛੱਡਣਾ ਹੀ ਪੈਂਦਾ ਫਿਰ ਜੋ ਸ਼ਰਾਬ ਵਾਲੀ ਪੀਂਦਾ। ਉਹ ਕੰਜਾ ਦਾ ਮਾਤਰੇ ਖੁੰਡ ਤੂੰ ਕਹਿਣਾ ਮੈਨੂੰ ਅੱਗੇ ਬੁੜੀਆਂ ਛੇੜਦੇ ਕੀ ਪਕਾਈ ਮਾਰੀ ਨਾ। ਬਾਬਾ ਜੀ ਇਹੋ ਜਿਹੇ ਚੇਲੇ ਰੱਖਦੇ ਹੁੰਦੇ ਆ। ਉਹ ਬਾਪ ਹੋਰ ਬਾਬਾ ਜੀ ਕੋਈ ਗੱਲ ਨਹੀਂ, ਤੇ ਤੇਰੇ ਨਾਲ ਗੱਲ ਨਹੀਂ ਹੈਗੀ, ਇੱਧਰ ਗੱਲ ਆ। ਗੱਲ ਕਿਉਂ ਨਹੀਂ? ਤੂੰ ਆਹਦਾ ਕੰਮ ਕਰ ਜਾ। ਕੰਜਾ ਦਾ ਕਹਿਣਾ ਮੈਨੂੰ ਉਹ ਬੁੜੀਆਂ ਛੇੜਦਾ, ਤੂੰ ਆਪ ਟਿਕਦਾ ਤੂੰ ਨਹੀਂ। ਨਹੀਂ ਬਾਬਾ ਕੋਈ ਗੱਲ ਨਹੀਂ। ਗੱਲ ਕਿਉਂ ਨਹੀਂ? ਲੈ ਮਾਈ ਚਾਹ ਲਿਆਉਣਾ ਤੇਰੇ। ਹਾਂ ਚਾਹ ਪਾਣੀ ਸਿਖਾ ਸੰਗਤ ਨੂੰ। ਚਾਹ ਛੱਕ। ਹਾਂ ਚਾਹ ਪੀ ਦੋ। ਕੰਜਾ ਤਾਂ ਇਹੋ ਜੀ ਗੱਲ ਨਹੀਂ ਕਰਦੇ ਹੁੰਦੇ। ਬਸ 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 ਤੂੰ ਤਾਂ ਨਹੀਂ ਲੈਣੀ ਪੁੱਤ ਜਾ। ਤੇਰਾ ਕਰ ਦਿੰਦਾ, ਭਲਾ ਕਰਨ ਵਾਸਤੇ ਬੈਠੇ ਆ। ਆ ਬਰਤਨ ਸਾਫ ਕਰ, ਬਰਤਨ ਲੈ ਜਾ। ਕੰਜਰ ਦਾ ਹੋਰ ਹੀ ਓਏ ਬਸ ਕੰਜ ਅੱਜ ਹੀ ਪਤਾ ਨੀ ਕੰਜਰ ਦੇ ਨੂੰ ਕੀ ਹੋ ਗਿਆ, ਤਾਂ ਹੈ ਨਹੀਂ ਸੀ ਇਹ ਜਾ। ਇੱਕ ਭਾਈ ਤੁਸੀਂ ਵੀ ਕੋਈ ਮਾੜਾ ਮੋਟਾ ਆਇਆ ਹੁੰਦਾ ਵੀ ਬਾਬਿਆਂ ਕੋਲ ਜਾਣਾ ਹੁੰਦਾ, ਤੁਸੀਂ ਤਾਂ ਆ ਜਾਂਦੇ ਜਿਵੇਂ ਵਿਆਹ ਜਾਣਾ ਹੁੰਦਾ। ਉਹ ਨਾ ਕੇ ਨੀ ਭਾਈ, ਫਿਰ ਸਾਡੇ ਵਰਗੇ ਮਾੜੇ ਵੱਜਦੇ ਆ। ਹੋਰ ਹੁਣ ਤੁਸੀਂ ਤਾਂ ਆ ਜਾਂਦੇ ਤਿਆਰ ਹੋ ਕੇ ਜਿਵੇਂ ਕਹਾਂ ਬਰਾਤ ਚੜ੍ਹਨਾ ਹੁੰਦਾ, ਫਿਰ ਸਾਧ ਕੀ ਕਰੇ? ਓਏ ਮੂੰਹ 'ਚ ਤਾਂ ਨਹੀਂ ਪਾਉਣ, ਨਹੀਂ ਰਹੀ ਦਾ ਭਾਈ ਬੰਦੇ ਤੋਂ, ਹੁਣ ਕੀ ਕਰੇ? ਕਦਾਂ ਕਿ ਚਾਰ ਅਗਲਾ ਕੰਟਰੋਲ ਕਰੂ? ਉਹ ਤਾਂ ਗੱਲ ਸਿਆਣੀ ਆ ਤੁਹਾਡੀ। ਹਾਂ ਉਹ ਕੰਜਾ ਦਾ ਕੋਈ ਅੱਜ ਨਸ਼ਾ ਨੁਸ਼ਾ ਵੱਧ ਕਰ ਗਿਆ ਮੈਨੂੰ ਲੱਗਦਾ। ਨਸ਼ਾ ਵੀ ਕਰਦਾ ਬਾਬਾ ਜੀ? ਆ ਚੁਲਮ ਚੁਲਮ ਪੀ ਲੈਂਦਾ। ਅੱਛਾ, ਹਾਂ ਊਂ ਤਾਂ ਹੈ ਨੀ ਇਹ ਜਿਹਾ ਕੰਜਾ ਦਾ। ਗੋਲੀ ਗੁਲੀ ਤਾਂ ਨੀ ਖਾਂਦਾ, ਚਿਲਮ ਚੁਲਮ ਪੀ ਲੈਂਦਾ। ਉਹ ਤਾਂ ਫਿਰ ਭਾਈ ਲੱਗੀ ਆ ਸਾਨੂੰ, ਪੀਣੀ ਪੈਂਦੀ ਹੈ। ਬਣਾ ਦੇ ਬਾਬਾ ਜੀ ਧਾਗਾ। ਧਾਗਾ ਬਣਾ ਦਿੰਦੇ ਆ, ਕੋਈ ਗੱਲ ਨੀ।